देखो जेडे एलीगेशन अक्सर ही जी सैक्शन 376 की एड की मूवमेंट जो मिसयूज़ हो रहा वो सब तो बद इसे सैक्शन का हो रहा ज उस तो बाद 498 आ जाता इन्हों का की है कि लोक इंसाफ पार्टी के काम करते सीगे काफ़ी इन दी बंदियां दे नाल उहदे विच झड़प हुंदी रहिंदी सीगी पैसे लैण देण पक्खों जां जो भी इह इन्हां दा एजेंडा सीगा कि असीं जिहड़ी करप्शन नूं पंजाब दे विच ठल पाउणे आ सो इह केस आ जिहड़ा उस रिलेटड ही लगदा इहदे पिछे बहुत वड्डी कॉन्सपीरेसी हैगी आ जिहड़ी इह लेडीज़ आ निहाल सिंह वाला तो बिलोंग करदी आ इह तुहाडे सामने आउण वाले दिनां दे विच आ जूगा 76 नंबर FIR इन्हां दे उल्ट उच नोमीनेट किया गया इन्हां नूं 76 नंबर FIR दे विच मानयोग अदालत दे विच अज इन्हां ने पेश करके इहनूं ते 5 दिन दा रिमांड मंगिया सीगा जिहड़ा कि जज साहब ने आउण लई 3 दिन दा जुडिशल रिमांड आ जिहड़ा इन्हां नूं दित्ता बाकी आउण वाले दिनां दे विच क्लीयर हो जूगा क्योंकि केस आ जिहड़ा इह फेक आ इहदे विच कोई एविडेंस नहीं हैगा जस्ट एलीगेशनस दे नाल जिहड़ा जगमोहन सिंह आ उह गिल्टी नहीं पाया जा सकता देखो जिहड़ियां फोटोआं जां वीडियो आ उह जदों मर्जी तुसीं किसी दीआं एडिट कर सकदे हो रिकॉर्डिंग आ जिहड़ी वॉइस सैंपल लै के जदों मर्जी किसी दी रिकॉर्डिंग आ जिहड़ी उह तुसीं फेक भी बना सकदे हो ਫੋਟੋਆਂ ਜਾਂ ਵੀਡੀਓ ਆ ਜਿਹੜੇ ਇਹ ਕੋਈ ਪ੍ਰਾਇਮਰੀ ਐਵੀਡੈਂਸ ਨਹੀਂ ਹੁੰਦਾ ਗਾ ਇਲਜ਼ਾਮ ਲੱਗਦੇ ਹੁੰਦੇ ਆ ਜੀ ਤੁਹਾਨੂੰ ਵੀ ਪਤਾ ਨਹੀਂ ਤੁਸੀਂ ਐਂ ਦੱਸੋ ਵੀ ਇਹ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤੁਸੀਂ ਇਹਦੇ ਬਾਰੇ ਸੌਖੇ ਆ ਤੁਸੀਂ ਕੀ ਕਹਿਣਾ ਸਾਬਤ ਕਰਨੇ ਬਹੁਤ ਔਖੇ ਆ ਓਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੱਖ ਦੇ ਵਿੱਚ ਇਸ ਦੇ ਪਤਾ ਹੀ ਆ ਜੀ ਤੁਹਾਨੂੰ ਬੈਂਸ ਸਾਹਿਬ ਨਾਲ ਅੱਗੇ ਕੀ ਹੋਇਆ ਉਹੀ ਕਹਾਣੀ ਇੱਥੇ ਆ ਕਿਉਂਕਿ ਮੈਂ ਕਰਪਸ਼ਨ ਦੇ ਖਿਲਾਫ ਕੰਮ ਕਰ ਰਿਹਾ ਓਕੇ ਤੇ ਉਹ ਜਿਹੜਾ ਹੈ ਪ੍ਰਸ਼ਾਸਨ ਆ ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ ਨਹੀਂ ਲੇਡੀਜ਼ ਵੱਲੋਂ ਜਿਹੜਾ ਹੈਗਾ ਇਹ ਵੀ ਬਿਆਨ ਦਿੱਤਾ ਗਿਆ ਕੱਲ ਹੀ ਮੈਂ ਬਿਆਨ ਦੇ ਕੇ ਆਇਆ ਜੀ ਕੱਲ ਸੁਖਦੇਵ ਸਿੰਘ ASI ਜਿਹੜਾ ਧਰਮਕੋਟ ਫੜਿਆ ਸੀ ਹਾਂਜੀ ਉਹਦੇ ਸਬੰਧ 'ਚ ਮੈਂ ਕੱਲ ਹੀ ਬਿਆਨ ਦੇ ਕੇ ਆਇਆ ਠੋਕ ਕੇ ਬਿਆਨ ਦਿੱਤੇ ਕੋਰਟ ਦੇ ਵਿੱਚ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹੁਣ ਕੱਲ ਤੋਂ ਬਾਅਦ ਹੀ ਇਹ ਕਾਰਵਾਈ ਜਿਹੜਾ ਉਹਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਤੁਹਾਡੇ ਜਿਹੜੇ ਹੈਗੇ ਉਹਨਾਂ ਨਾਲ ਪਹਿਲਾਂ ਤੋਂ ਹੀ ਸੰਬੰਧ ਹੈ ਸਰੀਰਕ ਸੰਬੰਧ ਤੁਸੀਂ ਪਹਿਲਾਂ ਤੋਂ ਹੀ ਬਣਾ ਰਹੇ ਹੋ ਇਸ ਬਾਰੇ ਕੀ ਕਹਿੰਦੇ ਹੋ ਤੁਸੀਂ ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਜੀ ਜਦੋਂ ਸਾਬਤ ਕਰਾਂਗੇ ਉਦੋਂ ਪਤਾ ਲੱਗੂ ਹੁਣ ਅੱਜ ਜਿਹੜਾ ਹੈਗਾ ਪੁਲਿਸ ਦੀ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਤਾਂ ਪਤਾ ਹੀ ਹੈ ਜੀ ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਹਾ ਵੀ ਇਹਨਾਂ ਦਾ ਮਨੋਬਲ ਆ ਜਿਹੜਾ ਤੋੜਿਆ ਜਾਵੇ ਨਹੀਂ ਤੁਸੀਂ ਕਿਉਂ ਚਾਹੁੰਦੇ ਆ ਵੀ ਜਿਹੜਾ ਵੀ ਇਹ ਸਹੀ ਨਹੀਂ ਕਾਰਵਾਈ ਤੁਸੀਂ ਕਿਵੇਂ ਕਹਿੰਦੇ ਬਿਲਕੁਲ ਗਲਤ ਹੈ ਜੀ ਬੈਂਸ ਸਾਹਿਬ ਤੇ ਕਿਹੜਾ ਕਿ ਸਹੀ ਹੋਈ ਹੈ ਨਹੀਂ ਤੁਹਾਡੇ ਤੇ ਹੀ ਕਿਉਂ ਜਿਹੜਾ ਹੈਗਾ ਇਲਜ਼ਾਮ ਲੱਗਿਆ ਹੈ ਜੀ ਜਦ ਮੈਂ ਕੰਮ ਕਰ ਰਿਹਾ ਜੀ ਲੋਕ ਇਨਸਾਫ ਪਾਰਟੀ ਵੱਲੋਂ ਕੰਮ ਕਰ ਰਿਹਾ ਮੈਂ ਰਿਸ਼ਵਤ ਦੇ ਖਿਲਾਫ ਕੰਮ ਕਰ ਰਿਹਾ